ਹਾਂਜੀ, ਪੰਜਾਬੀ ਇੰਡਸਟਰੀ ਦੀ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜੱਟਕਿੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਤੱਕ ਪੰਜਾਬੀ ਇੰਡਸਟਰੀ ਵਿੱਚ ਅਜਿਹਾ ਨਹੀਂ ਹੋਇਆ। ਹਾਂਜੀ, ਸਭ ਤੋਂ ਵੱਡਾ ਬਾਲੀਵੁੱਡ ਦਾ ਐਕਟਰ ਆਇਆ ਪੰਜਾਬੀ ਗੀਤ ਵਿੱਚ। ਹਾਂਜੀ, ਅੱਜ ਅਸੀਂ ਗੱਲ ਕਰ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਸਿੰਗਰ AP ਢਿੱਲੋਂ ਬਾਰੇ। ਹਾਂਜੀ, AP ਢਿੱਲੋਂ ਦਾ ਨਵਾਂ ਗੀਤ ਓਲਡ ਮਨੀ ਜੋ ਰਿਲੀਜ਼ ਹੋ ਚੁੱਕਾ ਹੈ, ਜਿਸਨੇ ਰਿਲੀਜ਼ ਹੋਣ ਸਾਰੀ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ ਅਤੇ ਬਹੁਤ ਹੀ ਵੱਡਾ ਸਰਪ੍ਰਾਈਜ਼ ਦਿੱਤਾ ਹੈ AP ਢਿੱਲੋਂ ਨੇ ਆਪਣੇ ਫਾਈਨਲੀ, ਕਿਉਂਕਿ AP ਢਿੱਲੋਂ ਨੂੰ ਪੰਜਾਬ ਦੇ ਵਿੱਚ ਤਾਂ ਸੁਣੇ ਹੀ ਜਾਂਦਾ ਹੈ, ਨਾਲ ਹੀ ਪੂਰੇ ਇੰਡੀਆ ਵਿੱਚ ਵੀ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ AP ਢਿੱਲੋਂ ਦੇ ਗੀਤ। ਹਾਂਜੀ, ਹੁਣ AP ਢਿੱਲੋਂ ਦੇ ਗੀਤ ਵਿੱਚ ਨਜ਼ਰ ਆਏ ਸਲਮਾਨ ਖਾਨ ਅਤੇ ਸੰਜੇ ਦੱਤ। ਹਾਂਜੀ, ਤੁਸੀਂ ਕਿਸੇ ਫਿਲਮਾਂ ਵਿੱਚ ਦੇਖ ਕੇ ਹੋਣਗੇ ਸਲਮਾਨ ਖਾਨ ਅਤੇ ਸੰਜੇ ਦੱਤ ਨੂੰ, ਪਰ ਪਹਿਲੀ ਵਾਰ ਹੋਇਆ ਹੈ ਕਿ ਪੰਜਾਬੀ ਗੀਤ ਵਿੱਚ ਬਾਲੀਵੁੱਡ ਦੇ ਵੱਡੇ ਐਕਟਰ ਦਿਖਾਈ ਦਿੱਤੇ ਹਨ। ਇਹਨਾਂ ਵਿੱਚ ਹਨ ਸਲਮਾਨ ਖਾਨ ਅਤੇ ਸੰਜੇ ਦੱਤ। ਹਾਂਜੀ, ਇਹ ਵੀਡੀਓ ਤੁਸੀਂ ਯੂਟਿਊਬ ਉੱਤੇ ਜਾ ਕੇ ਦੇਖ ਸਕਦੇ ਹੋ ਅਤੇ ਲੋਕ ਵੀ ਹੈਰਾਨ ਰਹਿ ਗਏ ਜਦੋਂ ਸਲਮਾਨ ਖਾਨ ਪਹਿਲੀ ਵਾਰ ਕਿਸੇ ਪੰਜਾਬੀ ਗੀਤ ਵਿੱਚ ਆਏ ਨਜ਼ਰ। ਹਾਂਜੀ, ਤੁਹਾਨੂੰ ਇਹ ਕਿਵੇਂ ਲੱਗਿਆ ਵੀਡੀਓ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ।